ਕੀ ਨਾਂ ਹੈ ਜੀ? ਮੇਰੇ ਬੱਚੇ ਨੇ ਜੀ, ਇੱਕ ਜੋਰਾ ਸਿੰਘ ਅਤੇ ਕਮਲਨਪ੍ਰੀਤ ਜੀ। ਅੱਜ ਤੋਂ ਤਕਰੀਬਨ ਕੋਈ 6 ਮਹੀਨੇ ਪਹਿਲਾਂ ਵੀ ਅਸੀਂ ਪ੍ਰਿੰਸੀਪਲ ਨੂੰ ਗਏ ਸਾਂ। ਇਹਨਾਂ ਬੱਚਿਆਂ ਨੇ ਮੈਨੂੰ ਕਿਹਾ, ਡੈਡੀ ਵੀ ਸਕੂਲ 'ਚ ਚਿੱਟਾ ਲਾਉਂਦੇ ਨੇ ਬੱਚੇ। ਮੈਂ ਮੈਡਮ ਜੀ ਅੱਗੇ ਦੱਸਿਆ, ਮੈਡਮ ਜੀ ਸਕੂਲ 'ਚ ਬੱਚੇ ਨਸ਼ਾ ਕਰਦੇ ਨੇ ਅਤੇ ਤੁਸੀਂ ਮਾੜੇ ਮੇਰੇ ਬੱਚਿਆਂ ਨੇ ਕਿਹਾ ਕੰਟਰੋਲ ਕਰੋ। ਮੈਡਮ ਨੇ ਲਾਪਰਵਾਹੀ ਇੰਨੀ ਕੁ ਮੈਨੂੰ ਉਹਨੇ ਦੇ ਤਾ ਵੀ ਤੁਸੀਂ ਐਡਰੈਸ ਹੈਗਾ, ਤੁਸੀਂ ਉਹਨਾਂ ਦੇ ਮਾਂ ਪਿਓ ਨਾਲ ਗੱਲ ਕਰੋ। ਮੈਂ ਉੱਥੋਂ ਦੇ MC ਨਾਲ ਲੈ ਕੇ ਅਸੀਂ ਉਹਨਾਂ ਦੇ ਪੇਮੈਂਟ ਪੇਰੈਂਟਸਾਂ ਦੇ ਘਰੇ ਗਏ ਹਾਂ। ਉਦੋਂ ਉਹਨਾਂ ਨੇ ਕਿਹਾ ਤੁਹਾਡੇ ਬੱਚਾ ਚਿੱਟੇ ਲੈ ਰਹੇ ਨੇ, ਨਸ਼ੇ 'ਚ ਕਰ ਰਹੇ ਨੇ, ਨਾਲ ਦੂਜਿਆਂ ਬੱਚਿਆਂ ਨੂੰ ਲਾਉਣਗੇ। ਉਹਨਾਂ ਕਹੇ ਸਾਨੂੰ ਪਤਾ ਸਾਡੇ ਬੱਚੇ ਚਿੱਟੇ ਲਾਉਂਦੇ ਨੇ, ਪਰ ਅਸੀਂ ਕੀ ਕਰੀਏ, ਮਜਬੂਰ ਹਾਂ ਮਾਂ ਪਿਓ। ਉਸ ਤੋਂ ਬਾਅਦ ਫਿਰ ਅੱਜ ਲੈ ਕੇ ਬੱਚੇ ਨੂੰ ਚਾਕੂ ਕਲਾਸ ਦੇ ਵਿੱਚ ਸਾਹਮਣੇ ਟੀਚਰਾਂ ਦੇ ਚਾਕੂ ਮਾਰਿਆ। ਉਸ ਤੋਂ ਬਾਅਦ ਬੱਚਾ ਜਿੰਦੀ ਭੈਣੇ ਬਾਹਰ ਆ ਗਿਆ ਸਕੂਲ ਤੋਂ, ਕੈਮਰੇ ਤੋਂ ਪਾਸੇ ਹੋ ਕੇ ਉਹਨਾਂ ਫਿਰ ਚੱਕਣ ਨੂੰ ਪਾਇਆ ਔਰ ਕਾਪਾ ਮਾਰਿਆ ਸਿਰ 'ਚ। ਦੂਜੇ ਬੱਚੇ ਨੇ ਮੈਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਦੇ ਹੱਥ 'ਤੇ ਕਾਪਾ ਮਾਰਿਆ। ਉਸ ਤੋਂ ਬਾਅਦ ਜਦੋਂ ਰਸ਼ ਵਾਹ ਪੈ ਗਿਆ ਤਾਂ ਛੱਡ ਕੇ ਭੱਜ ਗਏ। ਪ੍ਰਸ਼ਾਸਨ ਨੇ ਇਹੋ ਹੀ ਮੰਗ ਕਰਦੇ ਹਾਂ ਕਿ ਬੱਚਿਆਂ ਨੂੰ ਇਨਸਾਫ ਮਿਲੇ, ਸਾਨੂੰ ਇਨਸਾਫ ਮਿਲੇ, ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ। ਅਸੀਂ ਸਕੂਲ ਵਿੱਚ ਵੀ ਇੱਥੇ ਕੋਈ ਲੜਾਈ ਹੋਈ ਆ, ਕੁਛ ਵੀ ਆਏ ਆ, ਕੋਈ ਪਲੱਸ ਵਨ ਦੇ ਬੱਚੇ ਹੁੰਦੇ ਆ, ਉਹ ਵੇਖ ਲੈਂਦੇ ਆ। ਅਤੇ ਹੁਣ ਉਹਨਾਂ 'ਤੇ ਕਾਰਵਾਈ ਕੀ ਕੀਤੀ ਜਾਊਗੀ ਸਰ? ਬਣਦੀ ਕਾਰਵਾਈ ਕਰਾਂਗੇ ਜੀ, ਵੈਰੀਫਾਈ ਕਰ ਰਹੇ ਹਾਂ। ਅਤੇ ਕਹਿੰਦੇ ਬੱਚਿਆਂ ਨੂੰ ਕੁਝ ਸੱਟਾ ਅੰਮ੍ਰਿਤ ਵੀ ਛਕਿਆ ਹੋਇਆ ਸੀਗਾ ਕੁਝ? ਦੇਖੋ ਹੁਣੇ ਤਾਂ ਮੈਂ ਬੱਚਾ ਜਿਹੜੇ ਨਾਲ ਲੜਾਈ ਕੀਤੀ ਹੈ, ਜਿਹਦੇ 'ਤੇ ਸੱਟ ਮਾਰੀ, ਉਹ ਨਹੀਂ ਹੋਸਪਿਟਲ ਗਿਆ ਵੀ ਚੱਲ ਤੁਸੀਂ ਪਤਾ ਲੱਗਿਆ ਜੀ। ਕੀ ਨਾਮ ਤੁਹਾਡਾ? ਮੇਰਾ ਨਾਮ ਜੋਰਾ ਸਿੰਘ ਹੈ ਅਤੇ ਅਸੀਂ ਕਲਾਸ 'ਚ ਬੈਠੇ ਹੋਏ ਸੀ ਅਤੇ ਮੇਰਾ ਸ਼ਹਿਰ ਫਿਰੋਜ਼ਪੁਰ ਹੈ ਅਤੇ ਅਸੀਂ ਨਾ ਅਰੁਣਜੋਤ ਸਕੂਲ ਅਤੇ ਅਸੀਂ ਕਲਾਸ 'ਚ ਬੈਠੇ ਹੋਏ ਸੀ ਅਤੇ ਬੈਂਚ ਤੋਂ ਮਾੜਾ ਜਿਹਾ ਰੌਲਾ ਪਿਆ ਸੀਗਾ ਅਤੇ ਉੱਥੇ ਮਤਲਬ ਲੜਾਈ ਵਾਲੀ ਗੱਲ ਵੀ ਨਹੀਂ ਹੈਗੀ ਅਤੇ ਬੈਠੇ ਬੁੱਠੇ ਸਾਰੇ ਮਤਲਬ ਮੈਂ ਉਹਨੇ ਇੱਕ ਵੀ ਦਾ ਮਤਲਬ ਭਾਵੂ ਦਿੱਤਾ ਬਾਈ ਸਾਈਡ ਬਹਿ ਬੁੱਕੇ ਜਾ ਕੇ ਬੈਂਚ ਦੇ ਸਾਈਡ 'ਤੇ ਅਤੇ ਬਾਈ ਅਸੀਂ ਮਤਲਬ ਤੀਜੇ ਫਿਰ ਛੁੱਟੀ ਲੈ ਕੇ ਚਲਾ ਗਿਆ ਮੁੰਡਾ ਬਾਹਰ ਮਤਲਬ ਅਤੇ ਬਾਈ ਫਿਰ ਬਾਹਰ ਜਾ ਕੇ ਉਹਨੇ ਮੁੰਡੇ ਮੁੰਡੇ ਸੱਦੇ ਅਸੀਂ ਕਾਪੇ ਕੁੱਪੇ ਹੀ ਹੱਥ ਗਏ ਅਤੇ ਅਸੀਂ ਮਤਲਬ ਬਾਹਰ ਆਏ ਅਤੇ ਪਿੱਛੋਂ ਆ ਕੇ ਉਹਨੇ ਸਿੱਧਾ ਕਾਪਾ ਮਾਰਿਆ ਮੇਰੇ ਸਿਰ 'ਚ ਅਤੇ ਆਵੇ ਮੇਰੇ ਵਾਲ ਵੀ ਮਤਲਬ ਅਤੇ ਅਤੇ ਸਕੂਲ ਦੇ ਬਾਹਰ ਹੀ ਹੋਇਆ ਬਿਲਕੁਲ ਸਕੂਲ ਦੇ ਕੋਈ ਇਹਦੇ CCTV ਕੰਮ ਫੁਟੇਜ ਹੋਣਗੀਆਂ ਕੋਈ ਅੰਦਰ ਨਹੀਂ ਉਹ ਪਰ ਕੈਮਰੇ ਨਹੀਂ ਲੱਗੇ ਬਾਹਰ ਲੱਗੇ ਹੋਏ ਪਰ ਚੱਲਦੇ ਨਹੀਂ ਚੱਲਦੇ ਨਹੀਂ ਮੁੰਡੇ ਦਾ ਨਾਮ ਕੀ ਸੀ ਜਿਹਨੇ ਜਿਹੜਾ ਜਿਹਨੇ ਹਮਲਾ ਕੀਤਾ ਹੈ? ਅਰਸ਼ ਹਾਂਡਾ ਹਾਂਡਾ ਅਰਸ਼ ਹਾਂਡਾ ਕਲਾਸ 'ਚ ਚਾਕੂ ਮਾਰਿਆ ਤੇ ਕੋਈ ਪ੍ਰਿੰਸੀਪਲ ਨੇ ਕੋਈ ਕਾਰਵਾਈ ਕੀਤੀ? ਕੋਈ ਪ੍ਰਿੰਸੀਪਲ ਵੱਲੋਂ ਕੀਤੀ ਕੋਈ ਕਾਰਵਾਈ? ਹਾਂਜੀ ਪ੍ਰਿੰਸੀਪਲ ਵੱਲੋਂ ਕੀਤੀ ਕੋਈ ਕਾਰਵਾਈ?